ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲੀਓ ਸਿਟੀਵੀ ਮੈਂ ਸਰਬੀ ਇੱਕ ਹੋਰ ਫਿਰ ਤੋਂ ਆਜ਼ਰਾ ਖਬਰਾਂ ਦੇ ਬੁਲੇਟਿਟਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੇਸ਼ ਹਨ ਆਜ਼ੀਆ ਕੁਝ ਖਾਸ ਅੱਜ ਉਹ ਖਬਰਾਂ गाजा अस्पताल ते हमले ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਅਰਬ ਨੇਤਾਵਾਂ ਨਾਲ ਮੁਲਾਕਾਤ ਹੋਈ ਰੱਦ ਪੰਜਾਬ ਚ ਵੱਡਿਆ ਸ਼ਖਸੀਤਾ ਦੇ ਕਤਲ ਦੀ ਸਾਜ਼ਿਸ਼ ਨਕਾਮ ਹਥਿਆਰਾਂ ਸਣੇ 4 ਅੱਤਵਾਦੀ ਗ੍ਰਿਫਤਾਰ ਕਰ ਚੁਕੇ ਸ੍ਰੀਕੀ ਪਾਜਪਾ ਤੇ ਅਕਾਲੀ ਦਲ ਛੱਡ ਕੇ ਘਰ ਵਾਪਸੀ ਕਰਨ ਵਾਲੇ ਆਗੂਆਂ ਦੀ ਜੁਆਇਨਿੰਗ ਵੀ ਨੂੰ ਵਿਰੋਧੀ ਚ ਵਿਰੋਧ ਵਿੱਚ ਉਠੇ ਸੁਰ ਪੰਜਾਬ ਚ ਹਲਕਾ ਇਨਚਾਰਜ ਨੂੰ ਲੈ ਕੇ ਆਪ ਦਾ ਵੱਡਾ ਐਲਾਨ ਪੰਜਾਬ ਪੁਲਿਸ ਨਸ਼ਾ ਤਸਕਰਾ ਕੇ ਲਾਗ ਕਰਨ ਜਾ ਰਹੀ ਵੱਡੀ ਕਾਰਵਾਈ 95 ਕੇਸਾਂ ਦੀ ਪੜਤਾਲ ਮੁਕੰਮਲ। ਔਨ ਖਬਰਾਂ ਵਿਸਥਾਰ ਦੇ ਨਾਲ। ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਿਹਾ ਸੰਘਰਸ਼ ਇੱਕ ਵੱਖਰੇ ਮੁਕਾਮ ਤੇ ਪਹੁੰਚ ਗਿਆ ਹੈ। ਗਾਜ਼ਾ ਚ ਹਸਪਤਾਲ ਤੇ ਹੋਏ ਹਮਲੇ ਚ ਕਰੀਬ 500 ਲੋਕਾਂ ਦੇ ਮਾਰੇ ਜਾਣ ਕਾਰਨ ਇਜ਼ਰਾਈਲ ਤੇ ਕਈ ਸਵਾਲ ਖੜੇ ਹੋ ਰਹੇ ਹਨ। ਹਮਲੇ ਨੇ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਲਈ ਸਮਰਥਨ ਪ੍ਰਾਪਤ ਕਰਨ ਲਈ ਅਮਰੀਕਾ ਦੀ ਅਗਵਾਈ ਵਾਲੇ ਕੂਟਨੀਤਿਕ ਯਤਨਾਂ ਨੂੰ ਪਟੜੀ ਤੇ ਉਤਾਰ ਦਿੱਤਾ। ਜਾਰਡਨ ਦੇ ਅਮਾਨ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਹੋਰ ਨੇਤਾਵਾਂ ਵਿਚਾਲੇ ਹੋਣ ਵਾਲੀ ਸਿਖਰ ਬੈਠਕ ਰੱਦ ਕਰ ਦਿੱਤੀ ਗਈ ਹੈ। ਬਾਈਡਨ ਇਜ਼ਰਾਈਲ ਲਈ ਸਮਰਥਨ ਜ਼ਾਹਰ ਕਰਨ ਦੇ ਲਈ ਇੱਕ ਜੁੜਤਾ ਦੌਰੇ ਤੇ ਇਜ਼ਰਾਈਲ ਪਹੁੰਚੇ ਹਨ। ਤੁਹਾਨੂੰ ਦੱਸ ਦਈਏ ਕਿ ਗਾਜ਼ਾ ਦੇ ਹਸਪਤਾਲ ਦੇ ਵਿੱਚ ਹੋਏ ਜਾਲਲੇਵਾ tMapਕੇ ਲਈ ਹਮਾਸ ਅਤੇ ਇਜ਼ਰਾਈਲ ਇੱਕ ਦੂਜੇ ਉੱਤੇ ਦੋਸ਼ ਲਗਾ ਰਹੇ ਹਨ। ਬਾਈਡਨ ਇਜ਼ਰਾਈਲ ਤੇ 7 ਅਕਤੂਬਰ ਦੇ ਹਮਲਿਆਂ ਤੋਂ ਬਾਅਦ ਹਮਾਸ ਨੂੰ ਖਤਮ ਕਰਨ ਲਈ ਇਜ਼ਰਾਈਲ ਦੇ ਸੱਦੇ ਦਾ ਸਮਰਥਨ ਕਰ ਰਿਹਾ ਹੈ ਜਿਸ ਵਿੱਚ 1300 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਕਿਹਾ ਜਾਂਦਾ ਹੈ ਕਿ 200 ਤੋਂ 250 ਦੇ ਵਿਚਕਾਰ ਇਜ਼ਰਾਈਲੀਆਂ ਨੂੰ ਬੰਦਕ ਬਣਾ ਕੇ ਗਾਜ਼ਾ ਲਿਜਾਇਆ ਗਿਆ ਸੀ ਹਮਾਸ ਨੇ ਗਾਜ਼ਾ ਸ਼ਹਿਰ ਦੇ ਅਲ ਹਲੀ ਹਸਪਤਾਲ ਦੇ ਮੰਗਲਵਾਰ ਨੂੰ ਹੋਏ ਧਮਾਕੇ ਦੇ ਇਜ਼ਰਾਈਲੀ ਹਵਾਈ ਹਮਲਿਆਂ ਨੂੰ ਤੁਰੰਤ ਜ਼ਿੰਮੇਵਾਰ ਠਹਿਰਾਇਆ ਪਰ ਇਜ਼ਰਾਈਲ ਨੇ ਇਨਾ ਦੋਸ਼ਾ ਦਾ ਜ਼ੋਰਦਾਰ ਖੰਡਨ ਕੀਤਾ ਤੇ ਕਿਹਾ ਕਿ ਇਸਲਾਮਿਕ ਸਮੂਹ ਦੇ ਇੱਕ ਰਾਕਟ ਨੇ ਧਮਾਕਾ ਕੀਤਾ ਹਮਾਸ ਨੇਤਾ ਇਸਮਾਈਲ ਹਨੀ ਨੇ ਹੈਰਾਨੀਜਨਕ ਤੌਰ ਤੇ ਹਸਪਤਾਲ ਤੇ ਹਮਲੇ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਵਸ਼ਿੰਗਟਨ ਇਸ ਮੁੱਦੇ ਤੇ ਇਜ਼ਰਾਈਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ 사ਊਦੀ ਅਰਬ, ਸਯੁਕਤ ਅਰਬ ਅਮੀਰਾਤ, ਬਹਿਰੈਨ, ਮਿਸਰ, ਜਾਰਡਨ ਅਤੇ ਤੁਰਕੀ ਨੇ ਵੀ ਇਜ਼ਰਾਈਲ ਤੇ ਗਾਜ਼ਾ ਸ਼ਹਿਰ ਦੇ ਅਲ ਅਹਿਲੀ ਅਰਬ ਹਸਪਤਾਲ ਤੇ ਬੰਬਾਹੀ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਲਜ਼ਾਮਿਨ ਨੇਤਨੀਆਹੁ ਨੇ ਮੁਤਾਲਿਕ ਗਾਜ਼ਾ ਦੇ ਵਿੱਚ ਵਹੀਸ਼ੀ ਅਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਪੰਜਾਬ ਪੁਲਿਸ ਨੇ ਇੱਕ ਅੱਤਵਾਦੀ ਮੇਜੂਲ ਦਾ ਪਰਦਾਫਾਸ਼ ਕੀਤਾ ਜੋ ਟਾਰਗੇਟ ਕਿਲਿੰਗ ਕਰਕੇ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ ਅਤੇ ਗਾਲੀਸਤਾਨ ਲਿਬਰੇਸ਼ਨ ਫੋਰਸ ਦੇ 4 ਅੱਤਵਾਦੀਆਂ ਨੂੰ ਹਥਿਆਰ ਸਮੇਤ ਗ੍ਰਿਫਤਾਰ ਕੀਤਾ ਗਿਆ ਇਹ ਚਾਰ ਪਾਕਿਸਤਾਨ ਦੇ ਵਿੱਚ ਲੁਕੇ ਕੇਐਲਐਫ ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਕਰੀਬੀ ਹਨ ਇਹਨਾਂ ਨੂੰ ਅਮਰੀਕਾ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਅੱਤਵਾਦੀ ਅਤੇ ਐਨਆਈਏ ਨੂੰ ਹਰਪੀ ਸਿੰਘ ਉਰਫ ਹੈਪੀ ਬਲੋ ਸੰਚਾਲਿਤ ਕੀਤਾ ਜਾ ਰਿਹਾ ਸੀ ਉਹਨਾਂ ਦੇ ਨਿਸ਼ਾਨੇ ਤੇ ਸੂਬੇ ਦੀਆਂ ਮਸ਼ਹੂਰ ਹਸਤੀਆਂ ਸਨ ਕਤਲ ਲਈ ਉਹਨਾਂ ਨਾਲ 15 ਲੱਖ ਰੁਪਏ ਵਿੱਚ ਸੌਦਾ ਹੋਇਆ ਸੀ ਪਾਜਪਾ ਤੇ ਅਕਾਲੀ ਦਲ ਛੱਡ ਕੇ ਘਰ ਵਾਪਸ ਕਰ ਰਹੇ ਆਗੂ ਆ ਦੀ ਜੁਆਇਨਿੰਗ ਦਾ ਰਾ ਪਧਰਾ ਹੋ ਗਿਆ ਕਾਰ ਵਾਪਸੀ ਕਰਨ ਵਾਲੇ ਆਗੂਆਂ ਦੀ ਜੁਆਇਨਿੰਗ ਤੇ ਪਾਰਟੀ ਦੀ ਮੋਹਰ ਲਗਵਾਉਣ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਨਿੰਗ ਨੇ ਮੰਗਲਵਾਰ ਨੂੰ ਸੀਨੀਅਰ ਆਗੂਆਂ ਦੀ ਬੈਠਕ ਬੁਲਾਈ ਸੀ ਇਸ ਬੈਠਕ 'ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਨਹੀਂ ਹੋਏ ਜਾਣਕਾਰੀ ਮੁਤਾਬਕ ਪਾਰਟੀ 'ਚ ਵਾਪਸੀ ਕਰਨ ਵਾਲੇ ਆਗੂਆਂ ਦਾ ਵਿਰੋਧ ਵੀ ਹੋਇਆ ਸਭ ਤੋਂ ਜ਼ਿਆਦਾ ਵਿਰੋਧ ਜਿੱਤ ਵਿਹਿੰਦਰ ਸਿੱਧੂ ਦਾ ਹੋਇਆ ਕਿਉਂਕਿ ਸਿੱਧੂ ਕਾਂਗਰਸ ਦੇ ਵਿਧਾਇਕ ਹੁੰਦੇ ਹੋਏ ਪਾਰਟੀ ਛੱਡ ਕੇ ਅਕਾਲੀ ਦਲ ਚ ਗਏ ਸੀ ਸੀਨੀਅਰ ਆਗੂਆਂ ਨੇ ਬੈਠਕ 'ਚ ਇੱਕ ਸੂਬੇ ਦੀ ਸਕਰੀਨਿੰਗ ਕਮੇਟੀ ਬਣਾਉਣ ਦੀ ਵੀ ਮੰਗ ਰੱਖੀ ਤਾਂ ਕਿ ਪਾਰਟੀ 'ਚ ਆਉਣ ਵਾਲੇ ਆਗੂਆਂ ਦੀ ਸਕਰੀਨਿੰਗ ਕੀਤੀ ਜਾ ਸਕੇ ਤੇ ਜਿੱਥੇ ਪਾਰਟੀ ਨੂੰ ਲੋੜ ਹੈ ਉਸ ਦੇ ਮੁਤਾਬਕ ਹੀ ਆਗੂਆਂ ਨੂੰ ਸ਼ਾਮਲ ਕਰਵਾਇਆ ਜਾਵੇ ਪਾਰਟੀ ਦਫਤਰ ਜਿਹੋਈ ਬੈਠਕ ਚ ਇਹ ਵੀ ਮੁੱਦਾ ਉਠਿਆ ਹੈ ਕਿ ਜੋ ਨੇਤਾ ਪਾਰਟੀ ਛੱਡ ਕੇ ਭਾਜਪਾ ਜਾਂ ਅਕਾਲੀ ਦਲ ਚ ਚਲੇ ਗਏ ਸਨ ਉਹਨਾਂ ਦੀ ਵਾਪਸੀ ਨਾਲ ਬੇਸ਼ੱਕ ਹੀ ਅੱਜ ਦੇ ਦਿਨ ਕਾਂਗਰਸ ਨੂੰ ਫਾਇਦਾ ਹੋਵੇ ਪਰ ਲੰਬੇ ਸਮੇਂ 'ਚ ਇਸ ਦਾ ਨੁਕਸਾਨ ਹੀ ਹੈ। ਅਹਿਮ ਗੱਲ ਹੈ ਕਿ ਪਾਰਟੀ ਇਸ ਸਮੱਸਿਆ ਨਾਲ ਜੂਝ ਰਹੀ ਹੈ ਕਿ ਨੇਤਾ ਜਦੋਂ ਚਾਹੇ ਕਾਂਗਰਸ ਛੱਡ ਕੇ ਚਲੇ ਜਾਂਦੇ ਹਨ ਤੇ ਬਾਅਦ 'ਚ ਫੇਰ ਪਾਰਟੀ 'ਚ ਪਰਤ ਆਉਂਦੇ ਹਨ। ਇਹੀ ਕਾਰਨ ਹੈ ਕਿ 13 ਅਕਤੂਬਰ ਨੂੰ ਬਲਬੀਰ ਸਿੱਧੂ, ਰਾਜਕੁਮਾਰ ਵੇਰਕਾ, ਗੁਰਪ੍ਰੀਤ ਕਾਂਗੜ ਸੋ ਆਪ ਦਾ ਵਿਧਾਇਕ ਡਾਕਟਰ ਮਹਿੰਦਰ ινਵਾ ਹੰਸ ਰਾਜ ਜੋਸਨ ਤੇ ਜਿਤ ਮਹਿੰਦਰ ਸਿੱਧੂ ਸਾਪ ਦਾ ਵਿਧਾਇਕ ਅਮਰੀਕ ਸਿੰਘ ਟਿੱਲੋ ਦੇ بیٹے ਕੰਵਲਜੀਤ ਸਿੰਘ ਟਿੱਲੋ ਅਮਰਜੀਤ ਆਦੀ ਆਗਵਾ ਨੂੰ ਦਿੱਲੀ ਚ ਪਾਰਟੀ ਜੁਆਇਨ ਨਹੀਂ ਕਰਵਾਈ ਗਈ ਹੁਣ ਇਹਨਾਂ ਦੀ ਜੁਆਇਨਿੰਗ 20 ਅਕਤੂਬਰ ਨੂੰ ਪਾਰਟੀ ਦਫਤਰ ਚ ਹੋਵੇਗੀ ਉੱਥੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜੋ ਲੋਕ ਪਾਰਟੀ ਚ ਆ ਰਹੇ ਹਨ ਉਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਸਰਹੱਦੀ ਖੇਤਰ ਦੇ 14 ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ ਯਾਨੀ ਕਿ ਪੰਜਾਬ ਆਦੀ ਪਾਰਟੀ ਹਲਕਾ ਇੰਚਾਰਜ ਲਿਸਟ ਨਿਯੁਕਤ ਕੀਤੇ ਹਨ ਭਾਰਤੀ ਜਨਤਾ ਪਾਰਟੀ ਦੇ ਸੁਨੀਲ ਜਾਖੜ ਨੂੰ ਤਰੱਕੀ ਦੇ ਅਕਸ਼ੇ ਤੋਂ ਬਾਅਦ ਜਨਤਾ ਪਾਰਟੀ ਝਟ ਕੇ ਆਏ ਅਰुण ਨਾਰੰਗ ਨੂੰ ਅਬੋਹਰ ਅਤੇ ਕਾਂਗਰਸ ਤੋਂ ਆਏ ਰਮਨ ਵਾਹਲ ਨੂੰ ਗੁਰਦਾਸਪੁਰ ਦਾ ਇੰਚਾਰਜ ਲਾਇਆ ਗਿਆ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ 14 ਹਲਕਿਆਂ ਚਾਰਜਾਂ ਦੀ ਸੂਚੀ ਜਾਰੀ ਕੀਤੀ। 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬਲੋਕ ਪ੍ਰਧਾਨ ਵੀ ਨਿਯੁਕਤ ਕੀਤੇ ਸਨ। ਬੁੱਧਰਾਮ ਨੇ ਕਿਹਾ ਕਿ ਇਸ ਹਿਸਾਬ ਦੇ ਨਾਲ ਪਾਰਟੀ ਹਾਈ ਕਮਾਂਡ ਜ਼ਮੀਨੀ ਪੱਧਰ ਦੇ ਰਿਪੋਰਟ ਮਿਲਣ ਤੋਂ ਬਾਅਦ ਹੀ ਆਪਣੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਰਹੀ ਹੈ। ਉਹਨਾਂ ਨੇ ਕਿਹਾ ਕਿ ਵਰਕਰਾਂ ਨੂੰ ਸਮੇਂ-ਸਮੇਂ ਤੇ ਬੰਦਾਮਾ ਸਤਿਕਾਰ ਮਿਲਦਾ ਰਹੇਗਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਨਿਗਮ ਚੋਣਾਂ ਅਤੇ ਲੋਕ ਸਭਾ ਚੋਣਾਂ ਜਿੱਤੇਗੇ ਪੰਜਾਬ ਪੁਲਿਸ ਵੱਲੋਂ ਨਸ਼ਿਆ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਡਰੱਗ ਖਿਲਾਫ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਐਂਟੀ ਡਰੱਗ ਟਾਸਪੋਰਟਸ ਨੇ ਹੁਣ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ سلسلہ ਸ਼ੁਰੂ ਕੀਤਾ ਹੋਇਆ ਹੈ ਇਸੇ ਤਹਿਤ ਹੁਣ ਡਰੱਗ ਤਸਕਰੀ ਦੇ 59 ਮਾਮਲਿਆਂ ਦੇ ਵਿੱਚ 31 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਚੱਲ ਰਹੀ ਹੈ ਜਾਣਕਾਰੀ ਮੁਤਾਬਕ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਡਰੱਗ ਤਸਕਰਾਂ ਨਾਲ ਸੰਬੰਧਿਤ ਇਸ ਜਾਇਦਾਦ ਦਾ ਬੇਰਵਾ ਤਿਆਰ ਕਰ ਲਿਆ ਗਿਆ ਹੈ एसटीएफ पंजाब पुलिस ਵੱਲੋਂ ਇਸ ਨੂੰ ਲੈ ਕੇ ਡਾਟਾ ਤਿਆਰ ਕਰ ਲਿਆ ਗਿਆ ਪਿਛਲੇ 15 ਮਹੀਨਿਆਂ ਤੋਂ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਡਰਾਈਵ ਚਲਾ ਕੇ ड्रग ਤਸਕਰਾ ਦਾ ਨੈਟਵਰਕ ਖਤਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਇਸ ਕਾਲੀ ਕਮਾਈ ਨਾਲ ਬਣਾਈ ਜਾਇਦਾਦ ਵੀ ਜ਼ਬਤ ਕੀਤੀ ਜਾ ਰਹੀ ਹੈ ਹੁਣ ਤੱਕ ਸੂਬੇ 'ਚ 111 ਵੱਡੇ ਨਸ਼ਾ ਤਸਕਰਾ ਦੀ 88.3 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ ਡਰਕੀਲਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਸਿੱਧ ਦਰਬਾਰ ਸੈ ਪਹੁੰਚ ਗਏ ਸਵੇਰੇ 11 ਵਜੇ ਉਹਨਾਂ ਨੇ ਸੇ ਭਗਵੰਤ ਮਾਨ ਦਰਬਾਰ ਸਾਹਿਬ 35000 ਬੱਚਿਆਂ ਨੂੰ ਲੈ ਕੇ ਪੰਜਾਬ ਚ ਨਸ਼ਾ ਖਤਮ ਕਰਨ ਦੇ ਲਈ ਅਰਦਾਸ ਕੀਤੀ ਇਸ ਦੌਰਾਨ ਸੇ ਭਗਵੰਤ ਮਾਨ ਨੇ ਵੀ ਦੱਸਿਆ ਕਿ ਨਸ਼ੇ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਜੜ ਲਬਨੀ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਕਿਹਾ ਕਿ ਜੋ ਨਸ਼ਾ ਵੇਚਣਾ ਆਉਂਦਾ ਉਸ ਤੋਂ ਕੜੀਆਂ ਮਿਲਾਓ ਉਸ ਤੋਂ ਕੜੀਆਂ ਮਿਲਾਓ ਕਿ ਨਸ਼ਾ ਖਰੀਦਿਆ ਕਿੱਥੋਂ ਹੈ ਅਤੇ ਅੱਗੇ ਵੇਚਣਾ ਕਿਸ ਨੂੰ ਹੀ ਭਗਵੰਤ ਮਾਨ ਨੇ ਵੀ ਕਿਹਾ ਕਿ ਲੋਕਾਂ ਦੀ ਮਦਦ ਤੋਂ ਬਿਨਾ ਨਸ਼ਾ ਖਤਮ ਨਹੀਂ ਕੀਤਾ ਜਾ ਸਕਦਾ ਇਸ ਲਈ ਪੰਜਾਬ ਦੇ ਲੋਕਾਂ ਦਾ ਸਾਨੂੰ ਸਾਥ ਚਾਹੀਦਾ ਸੀ ਇਹ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਸਮਾਜ ਨੂੰ ਨਾਲ ਲੈ ਕੇ ਚੱਲਾਂਗੇ ਕੱਲ ਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਸ਼ਿਆਂ ਖਿਲਾਫ ਨਵੇਕਲੀ ਮੁਹਿੰਮ ਦੀ ਚਲਵਾਤ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਸ਼ਹਿਰ ਤੇ ਪਿੰਡ ਪੱਧਰ ਤੇ ਸਰਚ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ ਇਹ ਤਾਂ ਕਿ ਡਰੱਗ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਤਿੱਖੀ ਟਿੱਪਣੀ ਦਾ ਵੀ ਸਾਹਮਣਾ ਕਰਨਾ ਪਿਆ ਡਰੱਗ ਮਾਮਲੇ ਦੇ ਪੰਜਾਬ ਸਰਕਾਰ ਅਤੇ ਬੀ ਡੀ ਜੀ ਪੀ ਨੂੰ ਹਾਈ ਕੋਰਟ ਤੋਂ ਮਾਫੀ ਵੀ ਮੰਗਣੀ ਪਈ। ਇਹ ਸਮੱਸਿਆ ਨੂੰ ਖਤਮ ਕਰਨ ਦੇ ਲਈ ਹੁਣ ਸਰਕਾਰ ਪਰਮਾਤਮਾ ਦੇ ਦਰਵਾਜ਼ਾ ਜਾ ਰਹੀ ਹੈ। ਦਰਬਾਰ ਸਾਹਿਬ ਤੋਂ ਅਰਦਾਸ ਕਰਨ ਤੋਂ ਬਾਅਦ ਸੂਬੇ ਦੇ ਵਿੱਚ ਤਿੰਨ ਸੁਤਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਉੱਥੇ ਹੀ ਪ੍ਰੇ ਬਲੈਂਚ ਐਂਡ ਪਲੇ ਦੇ ਥੀਮ ਰਾਹੀਂ ਨਸ਼ਾ ਛਡਾਉਣ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ। ਨੌਜਵਾਨਾਂ ਨੂੰ ਸ਼ਹੀਦ ਬਗਤ ਸਿੰਘ ਵਰਗੇ ਸੂਰਬੀ ਸੂਰਬੀ ਦੇ ਯੋਧਿਆ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਨਸ਼ਾ ਵਿਰੁੱਧ ਲੜਨ ਦੀ ਤਿਆਰੀ ਕੀਤੀ ਗਈ। ਜੰਮੂ ਕਸ਼ਮੀਰ ਦੇ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਸਰਹੱਦੀ ਸੁਰੱਖਿਆ ਬਲਾਤ ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਬਿਨਾਂ ਕਿਸੇ ਉਕਸਾਵੇ ਦੇ ਕੀਤੀ ਗਈ ਗੋਲੀਬਾਰੀ ਵਿੱਚ ਸਰਹੱਦੀ ਸੁਰੱਖਿਆ ਬਲ ਦੇ ਦੋ ਜਵਾਨ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਬੀਐਸਐਫ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਪਾਕਿਸਤਾਨ ਰੇਂਜਰਾ ਨੇ ਮੰਗਲਵਾਰ ਸਵੇਰੇ 7:30 ਵਜੇ ਅਰਨੀਆਂ ਸੈਕਟਰ ਵਿੱਚ ਵਿਕਰਮ ਚੌਕੀ ਤੇ ਸੁਰੱਖਿਆ ਬਲਾ ਤੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਬਿਆਨ ਮੁਤਾਬਕ ਇਸ ਗੋਲੀਬਾਰੀ ਦੇ ਵਿੱਚ ਬੀਐਸਐਫ ਦੇ ਦੋ ਜਵਾਨ ਗੋਲੀ ਲੱਗਨ ਨਾਲ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਮਹయ్యా ਕਰਵਾਈ ਗਈ ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਦਾ ਮੁੱਦਾ ਪਾਕਿਸਤਾਨ ਰੇਂਜਰਾ ਕੋਲ ਉਠਾਇਆ ਜਾਵੇਗਾ ਅਤੇ ਘਟਨਾ ਨੂੰ ਲੈ ਕੇ ਉਹਨਾਂ ਦੇ ਕੋਲ ਰੋਜ਼ ਪ੍ਰਗਟ ਕੀਤਾ ਜਾਵੇਗਾ ਸੂਤਰਾ ਨੇ ਵੀ ਦੱਸਿਆ ਕਿ ਬੀਐਸਐਫ ਦੇ ਇਨ੍ਹਾਂ ਦੋ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਪਾਕਿਸਤਾਨ ਦੀਆਂ ਇਕਬਾਲ ਅਤੇ ਖਨੋਦ ਚੋਕੀਆਂ ਦੀ ਦਿਸ਼ਾ ਤੋਂ ਨਿਸ਼ਾਨੇਬਾਜ਼ੀ ਵਰਤੋਂ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਜੱਡਾ ਨੂੰ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਅਦਾਲਤ ਨੇ ਕਿਹਾ ਕਿ ਰਾਘਵ ਜੱਡਾ ਨੂੰ ਮੌਜੂਦਾ ਟਾਈਪ 7 ਸਰਕਾਰੀ ਬੰਗਲਾ ਖਾਲੀ ਨਹੀਂ ਕਰਨਾ ਪਵੇਗਾ ਹਾਈ ਕੋਰਟ ਨੇ ਰਾਜ ਸਭਾ ਸਕੱਤਰੇਤ ਦੀ ਕਾਰਵਾਈ ਤੇ ਅੰਤਰੀਵਿਰੋਧ ਹਟਾਓ ਤੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰ ਦਿੱਤਾ मामले ਦੀ ਸੁਣਵਾਈ ਕਰ ਰਹੇ ਜਸਟਿਸ ਅਨੂਪ ਜੇ ਬੰਬਾਨੀ ਨੇ ਕਿਹਾ ਕਿ ਹੇਠਲੀ ਅਦਾਲਤ ਵੱਲੋਂ ਰਾਸਵਸਕਤਰੇਦ ਖਿਲਾਫ ਦਿੱਤਾ ਗਿਆ ਸਟੇ ਆਰਡਰ ਬਰਕਰਾਰ ਰਹੇਗਾ ਇਹ ਰੋਕ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਹੇਠਲੀ ਅਦਾਲਤ ਅੰਤਰੀਮ ਰਾਹਤ ਲਈ ਉਸ ਦੀ ਅਰਜ਼ੀ ਤੇ ਫੈਸਲਾ ਨਹੀਂ ਲੈਂਦੀ ਆਪ ਨੇਤਾ ਰਾਗਵ ਚੱਡਾ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਤੇ ਕਿਹਾ ਕਿ ਸੱਚ ਅਤੇ ਇਨਸਾਫ ਦੀ ਜਿੱਤ ਹੋਈ ਹੈ ਇਹ ਲੜਾਈ ਬੰਗਲਾ ਬਚਾਉਣ ਦੇ ਲਈ ਨਹੀਂ ਹੈ ਸੰਵਿਧਾਨ ਬਚਾਉਣ ਦੇ ਲਈ ਸੀ ਰਾਗਵ ਚੱਡਾ ਦੇ ਵਕੀਲ ਨੇ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਕਿਹਾ ਕਿ ਸੰਸਦ ਬਰ ਨੋਟਿਸ ਦਿੱਤਾ ਗਿਆ ਹੈ ਅਤੇ ਬੇਦਕਲੀ ਦੀ ਪ੍ਰਕਿਰਿਆ ਚੱਲ ਰਹੀ ਹੈ ਰਾਜ ਸਭਾ ਕਟਰੀਤ ਨੇ ਚੱਡਾ ਦੀ ਹੇਟਲੀ ਦਾਲਤ ਵਿਰੁੱਧ ਦਾਇਰ ਪਟੀਸ਼ਨ ਦਾ ਵਿਰੋਧ ਕੀਤਾ ਭਾਰਤੀ ਰਿਜ਼ਰਵ ਬੈਂਕ ਨੇ ICICI ਬੈਂਕ ਤੇ 12.19 ਕਰੋੜ ਰੁਪਏ ਤੇ ਕੋਟਕ ਮਿੰਦਰਾ ਬੈਂਕ ਤੇ 3.95 ਕਰੋੜ ਰੁਪਏ ਕੁੱਲ 16 ਕਰੋੜ ਰੁਪਏ ਤੋਂ ਜ਼ਿਆਦਾ ਦਾ ਜੁਰਮਾਨਾ ਲਗਾਇਆ। ਬੈਂਕਾਂ ਤੇ ਇਹ ਜੁਰਮਾਨਾ ਵੱਖ-ਵੱਖ ਨਿਯਮਾਂ ਦੇ ਉਲੰਘਣ ਦੇ ਚਲਦੇ ਲਗਾਇਆ ਗਿਆ ਹੈ। ICICI ਬੈਂਕ ਦੇ ਦਿੱਤੇ ਬੈਂਕਿੰਗ ਰੈਗੂਲੇਸ਼ਨ ਐਕਟ ਦੀਆਂ ਵਿਵਸਥਾਵਾਂ ਦਾ ਸਹੀ ਤੋਂ ਪਾਲਣ ਨਾ ਕਰਨ ਨੂੰ ਲੈ ਕੇ ਲਗਾਇਆ ਗਿਆ। ਦੂਜੇ ਪਾਸੇ ਕੋਟਕ ਮਿੰਦਰਾ ਬੈਂਕ ਤੇ ਰਿਜ਼ਰਵ ਬੈਂਕ ਦੀਆਂ ਕਈ ਗਾਈਡਲਾਈਨਸ ਦੇ ਉਲੰਘਣ ਨੂੰ ਲੈ ਕੇ ਜੁਰਮਾਨਾ ਲਗਾਇਆ ਗਿਆ ਹੈ। ਕੋਟਕ ਮਿੰਟਰਾ ਬੈਂਕ ਨੇ RBI ਦੀ ਰਿਕਵਰੀ ਐਲੈਂਟ ਬੈਂਕ ਦੇ ਅੰਦਰ ਕਸਟਮਰ ਸਰਵਿਸ ਫਾਈਨੈਂਸ਼ੀਅਲ ਸਰਵਿਸਿਜ਼ ਦੀ ਆਊਟ ਰਿਸੋਰਸਿੰਗ ਵਿਚ ਜੋਖਮ ਪ੍ਰਬੰਧਨ ਤੇ ਚੋਣ ਜ਼ਾਬਤਾ ਤੇ ਲੋਨ ਵੰਡਣ ਨਾਲ ਜੁੜੇ ਗਾਈਡਲਾਈਨਸ ਦਾ ਸਹੀ ਤੋਂ ਪਾਲਨ ਨਹੀਂ ਕੀਤਾ ਇਸ ਲਈ ਉਸਨੇ ਕੇਂਦਰੀ ਬੈਂਕ ਨੇ ਜੁਰਮਾਨਾ ਲਗਾਇਆ ਬੈਂਕ ਇਨਾਂ ਸਾਰੀਆਂ ਗਾਈਡਲਾਈਨ ਨੂੰ ਲੈ ਕੇ ਸਾਲਾਨਾ ਸਮੀਖਿਆ ਕਰਨ ਦੇ ਵਿੱਚ ਅਸਫਲ ਰਿਹਾ ਹੈ ਕੇਂਦਰੀ ਬੈਂਕ ਨੇ ICICI ਬੈਂਕ ਤੇ ਫਰੋਡ ਦਾ ਕਲਾਸੀਫਿਕੇਸ਼ਨ ਕਰਨ ਤੇ ਉਸ ਦੀ ਜਾਣਕਾਰੀ ਦੇ ਵਿੱਚ ਇੱਕ ਤੋਹੀ ਵਰਤਨ ਨੂੰ ਲੈ ਕੇ ਜੁਰਮਾਨਾ ਲਗਾਇਆ RBI ਦਾ ਕਹਿਣਾ ਹੈ ਕਿ ਬੈਂਕਿੰਗ ਰੈਗੂਲੇਸ਼ਨ ਐਕਟ ਤਹਿਤ ਉਸ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਸ਼ਕਤੀ ਮਿਲੀ ਹੋਈ ਹੈ ਜਿਸ ਦਾ ਇਸਤੇਮਾਲ ਕਰਦੇ ਹੋਏ ਉਸਨੇ ਇੱਕ ਕਾਰਵਾਈ ਕੀਤੀ ਹੈ ICICI ਬੈਂਕ ਨੇ ਅਜਹੀਆਂ ਕੰਪਨੀਆਂ ਨੂੰ ਲੋਨ ਦਿੱਤਾ ਹੈ ਜਿਸ ਦੇ ਡਾਇਰੈਕਟਰ ਵਿੱਚ ਦੋ ਅਜਿਹੇ ਲੋਕ ਸ਼ਾਮਲ ਹਨ ਜੋ ਬੈਂਕ ਦੇ ਬੋਰਡ ਵਿੱਚ ਵੀ ਸ਼ਾਮਲ ਹਨ ਅਕਤੂਬਰ ਮਹੀਨੇ ਚ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਮੀਂਹ ਦਰਜ ਕੀਤਾ ਗਿਆ ਅਜਿਹਾ 23 ਸਾਲਾਂ ਚ ਤੀਜੀ ਵਾਰ ਦੇਖਣ ਨੂੰ ਮਿਲਿਆ ਹੈ ਦਿਨ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਕਿਰਾਵਟ ਕਾਰਨ ਠੰਡ ਵੱਧ ਗਈ ਹੈ ਇਸ ਤੋਂ ਪਹਿਲਾਂ ਸਾਲ 2004 ਦੇ ਵਿੱਚ ਅਤੇ ਫਿਰ 2021 ਦੇ ਵਿੱਚ ਅਕਤੂਬਰ ਮਹੀਨੇ ਵਿੱਚ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟੋਰੇਟ ਮਨਮੋਹਨ ਸਿੰਘ ਅਨੁਸਾਰ ਪਸ਼ਮੀ ਗੜਬੜੀ ਤੇ ਪ੍ਰਭਾਵ ਕਾਰਨ ਪੰਜਾਬ ਦਾ ਮੌਸਮ ਬਦਲ ਗਿਆ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਨਾਲੋਂ ਕਿਤੇ ਵੱਧ ਮੀਂਹ ਦਰਜ ਕੀਤਾ ਗਿਆ ਸਾਲ 2000 ਤੋਂ 2023 ਤੱਕ ਅਕਤੂਬਰ ਮਹੀਨੇ ਵਿੱਚ ਹੋਈ ਬਾਰਿਸ਼ ਦੇ ਆਂਕੜਿਆਂ ਅਨੁਸਾਰ 2004 ਦੇ ਵਿੱਚ ਆਮ ਨਾਲੋਂ 47.7 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਜੋ ਕਿ 122.2 ਫੀਸਦੀ ਵਾਸੀ ਇਸੇ ਤਰ੍ਹਾਂ ਸਾਲ 2021 ਦੇ ਵਿੱਚ ਆਮ ਨਾਲੋਂ 35.1 ਮਿਲੀਮੀਟਰ بارش ਹੋਈ ਸੀ ਇਹ ਆਮ ਨਾਲੋਂ 294.4 ਫੀਸਦੀ ਵਾਸੀ ਅਕਤੂਬਰ 2023 ਦੇ ਵਿੱਚ ਹੁਣ ਤੱਕ ਆਮ ਨਾਲੋਂ 23.8 ਮਿਲੀਮੀਟਰ بارش ਦਰਜ ਕੀਤੀ ਗਈ ਇਹ ਵੀ ਆਮ ਨਾਲੋਂ 270.8% ਜ਼ਿਆਦਾ ਹੈ ਮੀਕਰ ਰਾਤ ਦਾ ਤਾਪਮਾਨ 15.7 ਡਿਗਰੀ ਤੱਕ ਡੇ ਗਿਆ ਇਹ ਅਜੇ ਵੀ ਆਮ ਦੇ ਨੇੜੇ ਹੈ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਮੰਗਲਵਾਰ ਨੂੰ ਪਟਿਆਲਾ ਦਾ ਘੱਟੋ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਲੁਧਿਆਣਾ ਦਾ 15 ਅੰਮ੍ਰਿਤਸਰ ਦਾ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਗੁਰਦਾਸਪੁਰ ਦੇ ਵਿੱਚ 15 ਡਿਗਰੀ ਜਲੰਧਰ ਦੇ ਵਿੱਚ 16 ਪਠਾਨਕੋਟ ਵਿੱਚ 16 ਬਟਿੰਡਾ ਦੇ ਵਿੱਚ 16 ਡਿਗਰੀ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ 16 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਦੂਜੇ ਪਾਸੇ ਮੀਂਹ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ 5.7 ਡਿਗਰੀ ਸੈਲਸੀਅਸ ਘੱਟ ਹੈ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ ਤਈ ਪਟਿਆਲਾ ਦਾ 28 ਲੁਧਿਆਣਾ ਦਾ 25 ਬਟਿੰਡਾ ਕਤਲੀ ਮੁਕਸੇਰ ਦਾ 25 ਜਲੰਧਰ ਦਾ 25 ਅਤੇ ਬਰਨਾਲਾ ਦਾ 26 ਡਿਗਰੀ ਸੈਲਸੀਅਸ ਤੱਕ ਪਹੁੰਚ 31 अक्टूबर तक 6 दिन मौसम खुशकरेगा ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਚਿੱਠੀਆਂ ਦਾ ਵਿਵਾਦ ਹਲੇ ਵੀ ਚੱਲ ਰਿਹਾ ਹੈ ਰਾਜਪਾਲ ਇੱਕ ਵਾਰ ਫੇਰ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਜੋ ਉਹਨਾਂ ਵੱਲੋਂ ਭਗਵੰਤ ਮਾਨ ਨੂੰ ਲਿਖੀ ਗਈ 19ਵੀਂ ਚਿੱਠੀ ਹੈ ਇਸ ਚਿੱਠੀ 'ਚ ਰਾਜਪਾਲ ਨੇ ਮੁੱਖ ਮੰਤਰੀ ਤੋਂ ਨਾ હાજર ਕੀਤੇ ਗਏ ਖਰਚਿਆਂ ਦਾ ਹਿਸਾਬ ਮੰਗਿਆ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ੇ ਅਤੇ ਕੀਤੇ ਗਏ ਖਰਚੇ 'ਤੇ ਵੀ ਸਵਾਲ ਚੁੱਕੇ ਹਨ ਰਾਜਪਾਲ ਦੀ ਚਿੱਠੀ 'ਚ ਕਿਹਾ ਗਿਆ ਹੈ ਕਿ ਸੂਬੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਸੰਜਮ ਨਾਲ ਕਰਨ ਪਰ ਜਾਣਕਾਰੀ ਮੁਤਾਬਿਕ ਸੂਬਾ ਸਰਕਾਰ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕਰ ਰਹੀ ਹੈ ਉਦਾਹਰਨ ਦੇ ਲਈ 2022-23 ਚ ਸੂਬਾ ਸਰਕਾਰ ਨੇ ਸਵੀਕਾਰ ਕੀਤਾ ਹੈ ਕਿਤਾ ਹੈ ਕਿ 23835 ਕਰੋੜ ਦੀ ਰਾਸ਼ੀ ਦੀ ਜਗ੍ਹਾ 33886 ਕਰੋੜ ਰੁਪਏ ਦੀ ਕਰਜ਼ਾ ਲਿਆ ਸੀ ਇਹ ਵਿਧਾਨ ਸਭਾ ਵੱਲੋਂ ਸਵੀਕਾਰ ਕੀਤੀ ਗਈ ਰਾਸ਼ੀ ਤੋਂ 10000 ਕਰੋੜ ਰੁਪਏ ਵੱਧ ਹੈ ਇਸ ਵਾਧੂ ਕਰਜ਼ੇ ਦਾ ਹਿਸਾਬ ਦੇਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਵਰਤੋਂ ਜ਼ਾਇਦਾਦ ਨਿਰਮਾਣ ਲਈ ਤਾਂ ਨਹੀਂ ਕੀਤਾ ਗਿਆ ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਪ੍ਰਭਾਵੀ ਪੂੰਜੀ ਖਰਚ 11 ਹਜ਼ਾਰ 375 ਕਰੋੜ ਰੁਪਏ ਤੋਂ 9691 ਕਰੋੜ ਰੁਪਏ ਹੋ ਗਿਆ ਹੈ ਜੋ ਅਨੁਮਾਨ ਤੋਂ 1500 ਕਰੋੜ ਰੁਪਏ ਤੋਂ ਘੱਟ ਹੈ ਇਸੇ ਇਲਾਵਾ ਅਨੁਮਾਨਿਤ ਆਂਕੜਿਆਂ ਅਨੁਸਾਰ ਬਾਧੂ ਉਦਾਰ ਦੀ ਵਰਤੋਂ ਰਿਹਵਾਇਤੀ ਵਿਆਜ ਦਾ ਭੁਗਤਾਨ ਕਰਨ ਦੇ ਲਈ ਵੀ ਨਹੀਂ ਕੀਤੀ ਗਈ ਅਸਲ ਚੇ ਦਰਸਾਉਂਦਾ ਹਨ ਕਿ ਸਾਲ 2022-23 ਦੌਰਾਨ ਕੁੱਲ ਭੁਗਤਾਨ ਆਕਰਕਾਰ 19905 ਕਰੋੜ ਰੁਪਏ ਕਿ ਰਿਹਾ ਹੈ ਜਦ ਕਿ ਇਸ ਖਾਤੇ ਦੇ ਭੁਗਤਾਨਾਂ ਦਾ ਬਜਟ ਅਨੁਮਾਨ 20100 ਕਰੋੜ ਰੁਪਏ ਸੀ ਖਰਚ ਦੇ ਆਦਰਸ਼ ਵਰਤੋਂ ਅਜੇੇ ਪਾਸੇ ਕਰਨੀ ਜ਼ਾਇਦੀ ਹੈ ਕਿ ਸੂਬੇ ਦੀ ਕਮਾਈ ਚ ਵਾਦਾ ਕੀਤਾ ਜਾ ਸਕੇ ਤੇ ਫਜ਼ੂਲ ਖਰਚੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਰਾਜਪਾਲ ਨੇ ਮੁਫਤ ਚ ਦਿੱਤੀ ਜਾ ਰਹੀ ਬਿਜਲੀ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਸ ਨਾਲ ਬਿਜਲੀ ਚੋਰੀ ਚ ਵੱਡੇ ਪੈਮਾਨੇ ਤੇ ਵਾਦਾ ਹੋਇਆ ਇਸ ਦਾ ਸਹੀ ਵਰਤੋਂ ਲਈ ਬਿਜਲੀ ਚੋਰੀ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਤੇ ਇਸ ਤੇ ਹੋਣ ਵਾਲੀ ਬਚਤ ਨੂੰ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਬਸਿਡੀ ਦੇਣ ਲਈ ਵਰਤਣਾ ਚਾਹੀਦਾ ਹੈ ਚਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆ ਕਾਫੀ ਲੰਬੇ ਸਮੇਂ ਤੋਂ ਚੋਣਾ ਨਹੀਂ ਸੀ ਹੋਈਆਂ ਜਿਸ ਨੂੰ ਲੈ ਕੇ ਲਗਾਤਾਰ ਹੀ ਵਕ ਵਕ ਸਿੱਖ ਜਥੇਬੰਦੀਆਂ ਵੱਲੋਂ ਐਸਜੀਪੀਸੀ ਦੀਆਂ ਚੋਣਾ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ ਐਸਜੀਪੀਸੀ ਦੀਆਂ ਚੋਣਾ ਸੰਬੰਧੀ ਵੋਟਰ ਸੂਚੀਆਂ ਤਿਆਰ ਕਰਨ ਦਾ ਪ੍ਰੋਗਰਾਮ ਵੀ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਵੋਟਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਹੈ ਕਿ ਅਸੀਂ ਇਨਾਂ ਜ਼ੋਨਾਂ ਦੇ ਵਿੱਚ ਆਪਣੇ ਉਮੀਦਵਾਰ ਵੀ ਉਤਾਰਾਂਗੇ ਅੰਮ੍ਰਿਤਸਰ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਾਲਕਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੱਧ ਰਹੇ ਨਸ਼ਾ ਦਾ ਇੱਕ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਹੀ ਹੈ ਪ੍ਰਬੰਧਕ ਕਮੇਟੀ ਵੀ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਪ੍ਰਚਾਰ ਘੱਟ ਕੀਤਾ ਗਿਆ ਜਿਸ ਕਾਕੇ ਨੌਜਵਾਨ ਨਸ਼ੇਟੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਅਗਰ ਨਸ਼ਾ ਖਤਮ ਕਰਨ ਦੀ ਗੱਲ ਕਰਨੀ ਹੈ ਤਾਂ ਫਿਰ ਪੂਰੇ ਪੰਜਾਬ 'ਚੋਂ ਇੱਕਦਮ ਨਸ਼ਾ ਖਤਮ ਹੋਣਾ ਚਾਹੀਦਾ ਹੈ ਜਿਸ ਦੇ ਵਿੱਚ ਤੰਬਾਕੂ ਅਤੇ ਸ਼ਰਾਬ ਦੀ ਵਿਕਰੀ ਵੀ ਨਹੀਂ ਹੋਣੀ ਚਾਹੀਦੀ ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਜ਼ਦੀਕ ਆਉਂਦੀਆਂ ਦਿਖਾਈ ਦੇ ਰਹੀਆਂ ਹਨ ਜਿਸ ਦੇ ਚੱਲਦੇ 1 ਅਕਤੂਬਰ ਤੋਂ ਐਸਜੀਪੀਸੀ ਦੀਆਂ ਵੋਟਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਅਗਰ ਉਹ ਪੰਜਾਬ ਦਾ ਭਲਾ ਚਾਹੁੰਦੇ ਹਨ ਤਾਂ ਉਹ ਗੁਰੂ ਵਾਲੇ ਬਣਨ ਅਮਰਿਤਧਾਰੀ ਹੋ ਕੇ ਐਸਜੀਪੀਸੀ ਦੀਆਂ ਵੋਟਾਂ ਜ਼ਰੂਰ ਬਣਾਉਣ ਅਤੇ ਆਪਣੀ ਵੋਟ ਦਾ ਸਹੀ ਇਸੇ ਮਾਲਵੀ ਜ਼ਰੂਰ ਕਰਨ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਵਿੱਚ ਪੂਰਾ ਸਹਿਯੋਗ ਦੇਵੇਗੀ ਅਤੇ ਸਾਡੀ ਸੋਚ ਦੇ ਨਾਲ ਕੋਈ ਵੀ ਜਥੇਬੰਦੀ ਚੱਲੇਗੀ ਤੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਆਪਣੇ ਉਮੀਦਵਾਰ ਵੀ ਐਸਜੀਪੀਸੀ ਦੀਆਂ ਚੋਣਾਂ ਲਈ ਚੋਣ ਮੈਦਾਨ ਵਿੱਚ ਉਤਾਰਾਂਗੇ ਮੰਗਲਵਾਰ ਨੂੰ ਸਮਲਿੰਗੀ ਜੋੜੀਆਂ ਲਈ ਬਹੁਤ ਮਹੱਤਵਪੂਰਨ ਦਿਨ ਰਿਹਾ ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਵਾਲੀਆਂ ਪਟੀਸ਼ਨਾਂ ਤੇ ਆਪਣਾ ਫੈਸਲਾ ਪੜ੍ਹ ਕੇ ਸੁਣਾ ਦਿੱਤਾ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਗਵਾਹੀ ਵਾਲੀ ਪੰਜ ਜੱਜਾਂ ਦੇ ਬੈਂਚ ਨੇ ਮਈ ਮਹੀਨੇ ਦੇ ਵਿੱਚ 10 ਦਿਨਾਂ ਤੱਕ ਕੇਸ ਦੀ ਸੁਣਵਾਈ ਕੀਤੀ ਇਸ ਤੋਂ ਬਾਅਦ 11 ਮਈ ਨੂੰ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਸੀ ਅਤੇ ਅੱਜ ਇਹ ਫੈਸਲਾ ਸੁਣਾਇਆ ਗਿਆ ਸੀਜੀਆਈ ਚੰਦਰਚੂੜ ਨੇ ਇਲਾਵਾ ਬੈਂਚ ਦੇ ਹੋਰ ਮੈਂਬਰਾਂ ਵੀ ਜਸਟਿਸ ਇਸ ਮੈਂਬਰਾਂ ਵਿੱਚ ਜਸਟਿਸ ਸੰਜੇ ਕੁਸ਼ਣ ਕੋਲ ਜਸਟਿਸ ਐਸ ਰਵਿੰਦਰ ਪੱਟ ਜਸਟਿਸ ਹੀਮਾ ਕੋਹਲੀ ਅਤੇ ਜਸਟਿਸ ਪੀ ਐਸ ਨਰਸੀਮਾ ਸ਼ਾਮਲ ਹਨ ਜਸਟਿਸ ਹੀਮਾ ਕੋਹਲੀ ਨੂੰ ਛੱਡ ਕੇ ਬਾਕੀ ਚਾਰ ਜੱਜਾਂ ਨੇ ਫੈਸਲਾ ਪੜਿਆ ਸੁਪਰੀਮ ਕੋਰਟ ਨੇ ਕੁੱਲ ਚਾਰ ਫੈਸਲੇ ਦਿੱਤੇ ਹਨ ਆਓ ਤੁਹਾਨੂੰ ਦੱਸਦੇ ਹਾਂ ਕਿ ਫੈਸਲੇ ਕਿਸ ਤਰ੍ਹਾਂ ਦੇ ਹਨ ਇਹਨਾਂ ਫੈਸਲਿਆਂ ਦੀਆਂ ਅਹਿਮ ਗੱਲਾਂ ਈਰਾਨ ਦੇ ਚੀਫ ਜਸਟਿਸ ਨੇ ਕਿਹਾ ਕਿ ਸਮਲਿੰਗਤਾ ਇੱਕ ਅਜਿਹਾ ਵਿਸ਼ਾ ਹੈ ਜੋ ਸਿਰਫ ਸ਼ਹਿਰ ਦੇ ਉੱਚ ਵਰਗ ਤੱਕ ਸੀਮਿਤ ਨਹੀਂ ਹੈ। ਇਹ ਸਮਾਜ ਦੇ ਲੋਕ ਹਰ ਥਾਂ ਹਨ। ਉਹਨਾਂ ਨੇ ਸਰਕਾਰ ਤੋਂ ਇਸ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕੀਤੀ। ਸੀਜੀਆਈ ਨੇ ਕਿਹਾ ਕਿ ਸਰਕਾਰ ਦਾ ਕੰਮ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਵਿਆਹ ਕਾਨੂੰਨੀ ਦਰਜੇ ਵਾਲਾ ਹੈ ਪਰ ਇਸ ਨੂੰ ਮੌਲਿਕ ਅਧਿਕਾਰ ਨਹੀਂ ਕਿਹਾ ਜਾਂਦਾ। ਉਹਨਾਂ ਨੇ ਕਿਹਾ ਕਿ ਪਿਛਲੇ 200 ਸਾਲਾਂ ਦੇ ਵਿੱਚ ਵਿਆਹ ਦੇ ਵਿੱਚ ਕਈ ਬਦਲਾਅ ਆਏ ਹਨ। ਚੀਫ ਜਸਟਿਸ ਨੇ ਆਪਣੇ ਫੈਸਲੇ 'ਚ ਕਿਹਾ ਕਿ ਸਮਲਿੰਗੀ ਵਿਆਹ ਲਈ ਸਪੈਸ਼ਲ ਮੈਰिज ਐਕਟ ਨੂੰ ਰੱਦ ਕਰਨਾ ਗਲਤ ਹੈ ਪਰ ਇਹ ਜ਼ਰੂਰੀ ਹੈ ਕਿ ਸਰਕਾਰ ਅਜਿਹੇ ਰਿਸ਼ਤਿਆਂ ਨੂੰ ਕਾਨੂੰਨੀ ਦਰਜਾ ਦੇਵੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਲੋੜਿੰਦੇ ਹੱਕ ਮਿਲ ਸਕਣ ਸੀਜੀਆਈ ਦੇ ਚੰਦਰ ਚੂੜਨੇ ਕਿਹਾ ਕਿ ਹਰ ਕਿਸੇ ਨੂੰ ਆਪਣਾ ਸਾਥੀ ਚੁਣਨ ਦਾ ਅਧਿਕਾਰ ਹੈ ਜਿਸ ਤਰ੍ਹਾਂ ਦੂਜਿਆਂ ਨੂੰ ਇਹ ਅਧਿਕਾਰ ਮਿਲਿਆ ਹੈ ਉਸੇ ਤਰ੍ਹਾਂ ਸਮਲਿੰਗੀ ਪਾਈਚਾਰੇ ਨੂੰ ਵੀ ਆਪਣੇ ਸਾਥੀ ਨਾਲ ਰਹਿਣ ਦਾ ਅਧਿਕਾਰ ਹੈ ਇਹ ਧਾਰਾ 21 ਦੇ ਤਹਿਤ ਇੱਕ ਮੌਲਿਕ ਅਧਿਕਾਰ ਹੈ ਫੈਸਲੇ ਦੇ ਵਿੱਚ ਸੀਜੀਆਈ ਨੇ ਕਿਹਾ ਕਿ ਅਨਵਿਆਹੇ ਜੋੜਿਆਂ ਨੂੰ ਬੱਚਾ ਗੋਦ ਲੈਣ ਤੋਂ ਰੋਕਣ ਦੀ ਵਿਵਸਥਾ ਗਲਤ ਹੈ ਜਿਸ ਕਾਰਨ ਸਮਲਿੰਗੀ ਜੋੜਿਆਂ ਨੂੰ ਵੀ ਪੇਤਪਾਵ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਧਾਰਾ 15 ਦੀ ਉਲੰਘਣਾ ਹੈ ਸੀਜੀਆਈ ਨੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਸਮਲਿੰਗੀ ਜੋੜਿਆਂ ਦੇ ਨਾਲ ਵਿਤਕਰਾ ਨਾ ਕੀਤਾ ਜਾਵੇ ਸ਼ੁਰੂਆਤੀ ਜਾਂਚ ਪੂਰੀ ਹੋਣ ਤੇ ਹੀ ਅਜਿਹੇ ਜੋੜੇ ਵਿਰੁੱਧ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਪੁਲਿਸ ਨੂੰ ਸਮਲਿੰਗੀ ਜੋੜਿਆਂ ਦੀ ਮਦਦ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਅਜੇ ਹੀ ਲੋਕਾਂ ਤੋਂ 18000 ਕਰੋੜ ਰੁਪਏ ਬਚਾਉਣ ਦੀ ਤਿਆਰੀ ਕਰ ਰਹੀ ਹੈ ਜੋ ਸਰਕਾਰੀ ਯੋਜਨਾਵਾਂ ਦਾ ਫਰਜ਼ੀ ਤਰੀਕੇ ਨਾਲ ਲਾਭ ਲੈ ਰਹੇ ਹਨ। ਇਹਨਾਂ ਵਿੱਚੋਂ ਕਈਆਂ ਨੂੰ ਪਹਿਲਾਂ ਹੀ ਲਾਪਾਤਰੀਆਂ ਦੀ ਸੂਚੀ ਵਿੱਚ ਹਟਾ ਦਿੱਤਾ ਗਿਆ ਹੈ ਅਤੇ ਕਈਆਂ ਨੂੰ ਹਟਾਉਣ ਦੀ ਤਿਆਰੀ ਹੈ। ਕੇਂਦਰ ਨੇ ਸੂਬਾ ਸਰਕਾਰ ਦੇ ਸਹਿਯੋਗ ਦੇ ਨਾਲ ਪੀਐਮ ਕਿਸ਼ਾਨ ਸਨਮਾਨ ਨਿਧੀ ਮਨਰੇਗਾ ਅਤੇ ਖਾਲ ਸਬਸਿਡੀ ਅਤੇ ਲਾਪਾਤਰੀਆਂ ਦੀ ਪੜਤਾਲ ਦਾ ਕੰਮ ਸ਼ੁਰੂ ਕਰ ਦਿੱਤਾ। ਵੈਰੀਫਿਕੇਸ਼ਨ ਦੌਰਾਨ ਸਾਹਮਣੇ ਆਇਆ ਫਰਜ਼ੀ ਲਾਪਾਤਰੀਆਂ ਦੇ ਵੱਡੇ ਹਿੱਸੇ ਨੂੰ ਬਾਹਰ ਕਰ ਦਿੱਤਾ ਗਿਆ। ਇੱਕ ਅਖਬਾਰ ਨੂੰ ਦਿੱਤੇ ਬਿਆਨ ਦੇ ਵਿੱਚ ਇਸ ਮਾਮਲੇ ਨੇ ਜੁੜੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੱਕਵਕ ਯੋਜਨਾਵਾਂ ਚੋਂ ਫਰਜ਼ੀ ਲਾਪਤਰੀਆਂ ਨੂੰ ਹਟਾਉਣ ਨਾਲ ਸਰਕਾਰ ਇਸ ਵਿੱਤੀ ਸਾਲ ਚ ਘੱਟੋ-ਘੱਟ 18000 ਕਰੋੜ ਰੁਪਏ ਦੀ ਬਜਟ ਕਟੌਟ ਸਭ ਹੋਵੇਗੀ ਹੁਣ ਤੱਕ 1.7 ਕਰੋੜ ਤੋਂ ਵੱਧ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਇਹ ਸੰਜੀਅ ਅਜੇ ਕੁਝ ਖਾਸ ਚੋਣ ਮੇ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰੋ ਪੰਜਾਬ ਮਿਲ ਯੂਸੀ ਟੀਵੀ ਦੇ ਨਾਲ ਫਿਲਹਾਲ ਦੇ ਲਈ ਮੈਨੂੰ ਦੋ ਇਜਾਜ਼ਤ ਔਰ ਸਬਤਾ ਬਹੁਤ ਬਤਾਨਵਾ